ਗੱਲ ਕਰ ਰਹੇ ਹਾਂ ਇਸ ਹੈਲਥ ਟਿਪ ਦੇ ਵਿੱਚ ਅਸੀਂ ਹੇਅਰ ਗਰੋਥ ਦੀ। ਜੀ ਹਾਂ, ਹੇਅਰ ਗਰੋਥ ਐਵਰੀਬਡੀ ਇਜ਼ ਕੰਸਰਨਡ ਕਿ ਉਹਦੇ ਉਹਨਾਂ ਦੀ ਪਰਸਨੈਲਿਟੀ 'ਤੇ ਬੁਰਾ ਅਸਰ ਨਾ ਪਵੇ ਇਫ ਦੇ ਲੂਜ਼ ਹੇਅਰ। ਸੋ ਨਾਓ ਇਫ ਅਸੀਂ ਇਹ ਸੋਚੀਏ ਕਿ ਕਿਵੇਂ ਅਸੀਂ ਹੇਅਰ ਹੈਲਥ ਨੂੰ ਬਰਕਰਾਰ ਰੱਖਣਾ ਹੈ, ਉਹਦੇ ਲਈ ਸਾਨੂੰ ਚਾਹੀਦਾ ਹੈ ਕਿ ਕੁਛ ਨਿਊਟ੍ਰੀਸ਼ਨਲ ਆਸਪੈਕਟਸ ਦੇ ਉੱਤੇ ਅਸੀਂ ਧਿਆਨ ਦੇਈਏ। ਹੇਅਰ ਦੇ ਵਿੱਚ ਜਿਹੜਾ ਹੇਅਰ ਦਾ ਸਟਰਕਚਰ ਹੈ, ਦੈਟ ਇਜ਼ ਮੇਡ ਅਪ ਆਫ ਪ੍ਰੋਟੀਨ, ਪਲੱਸ ਦੇਰ ਇਜ਼ ਅ ਵਾਈਟਮਿਨ ਵਿਚ ਇਜ਼ ਨੀਡਿਡ, ਦੈਟ ਇਜ਼ ਬਾਇਓਟਿਨ। ਨਾਓ ਬਾਇਓਟਿਨ is a precursor for keratin. Keratin is a structural protein which makes the hair's outer sheath. Now if we have adequate amount of biotin, agar biotin di achhi matra de vich assi sevan kariye ta assi apne hair health nu protect karke rakh sakde ha. ਉਹਦੇ ਵਿੱਚ ਸਭ ਤੋਂ ਅੱਛਾ ਜਿਹੜਾ ਸੋਰਸ ਹੈ, ਦੈਟ ਇਜ਼ ਐੱਗ। ਜੀ ਹਾਂ, ਐੱਗਸ ਦੇ ਵਿੱਚ ਅੱਛੀ ਮਾਤਰਾ ਦੇ ਵਿੱਚ ਬਾਇਓਟਿਨ ਮਿਲਦਾ ਹੈ। ਇਸ ਤੋਂ ਇਲਾਵਾ ਸਾਨੂੰ ਚਾਹੀਦਾ ਹੈ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਈ। ਇਸ ਤੋਂ ਇਲਾਵਾ ਸਾਨੂੰ ਚਾਹੀਦਾ ਹੈ ਆਇਰਨ, ਫੋਲਿਕ ਐਸਿਡ ਔਰ ਨਾਲ ਪ੍ਰੋਟੀਨ। ਦੋਸਤੋ, ਪ੍ਰੋਟੀਨ ਇਜ਼ ਦੀ ਬਿਲਡਿੰਗ ਬਲੋਕ ਆਫ ਦਾ ਹੋਲ ਬਾਡੀ। ਸਾਰੇ ਸੈਲਸ ਪ੍ਰੋਟੀਨ ਦੇ ਬਣਦੇ ਹੈ। ਅਗਰ ਸਾਨੂੰ ਪ੍ਰੋਟੀਨ ਡੈਫੀਸ਼ੀਐਂਸੀ ਹੈ, ਅਗਰ ਪ੍ਰੋਟੀਨ ਐਨਰਜੀ ਡੈਫੀਸ਼ੀਐਂਸੀ ਹੈ, ਤਾਂ ਇਹ ਹੇਅਰ ਫਾਲ 'ਤੇ ਵੀ ਫਰਕ ਕਰੇਗੀ। ਜਿੱਦਾਂ ਕਿ ਤੁਸੀਂ ਦੇਖਦੇ ਹੋ, ਕ੍ਰੋਨਿਕ ਡੈਬਿਲੀਟੇਟਿੰਗ ਡਿਜ਼ੀਜ਼, ਜਿੱਦਾਂ ਕਿ ਜਿਹੜੀਆਂ ਪੁਰਾਣੀਆਂ ਬਿਮਾਰੀਆਂ, ਵੱਡੀਆਂ ਬਿਮਾਰੀਆਂ ਹੁੰਦੀਆਂ ਨੇ, ਜਿਹੜੀਆਂ ਹਾਈਪਰ ਮੈਟਾਬੋਲਿਕ ਡਿਸਆਰਡਰਸ ਹੈ, TB, ਕੈਂਸਰਸ, ਸੋ ਇਹਨਾਂ ਦੇ ਵਿੱਚ ਨੈਚੁਰਲ ਪ੍ਰੋਸੈਸ ਹੁੰਦੀ ਹੈ ਕਿ ਬਾਡੀ ਇੰਨੀ ਜ਼ਿਆਦਾ ਹਾਈਪਰ ਮੈਟਾਬੋਲਿਕ ਸਟੇਟ ਦੇ ਵਿੱਚ ਹੁੰਦੀ ਹੈ, ਜਿਹਦੇ ਵਿੱਚ ਕਿ ਐਨਰਜੀ ਇੰਨਾ ਬ੍ਰੇਕਡਾਊਨ ਹੁੰਦਾ ਹੈ, ਤਾਂ ਐਨਰਜੀ ਦੀ ਡੈਫੀਸ਼ੀਐਂਸੀ ਔਰ ਪ੍ਰੋਟੀਨ ਦੀ ਡੈਫੀਸ਼ੀਐਂਸੀ ਕਰਕੇ ਹੇਅਰ ਲੋਸ ਹੁੰਦਾ ਹੈ। ਪਰ ਅਗਰ ਆਮ ਆਦਮੀ ਨੂੰ ਹੇਅਰ ਲੋਸ ਹੁੰਦਾ ਹੋਵੇ, ਤਾਂ ਫਿਰ ਸਾਨੂੰ ਨਿਊਟ੍ਰੀਸ਼ਨਲੀ ਅੱਛੇ ਪ੍ਰੋਟੀਨ ਦੀ ਮਾਤਰਾ, ਵਿਟਾਮਿਨ ਏ ਦੇ ਲਈ ਤੁਹਾਨੂੰ ਯੈਲੋ ਔਰ ਰੈੱਡ ਕਲਰਡ ਫਰੂਟਸ ਲੈਣੇ ਹੁੰਦੇ ਹੈ, ਔਰ ਵਿਟਾਮਿਨ ਈ ਦੇ ਲਈ ਤੁਹਾਨੂੰ ਐਲਮੰਡਸ, ਵਿਟਾਮਿਨ ਈ ਦੇ ਲਈ ਤੁਹਾਨੂੰ ਸੀਡਸ ਲੈਣੇ ਹੁੰਦੇ ਹੈ, ਔਰ ਇਸ ਤੋਂ ਇਲਾਵਾ ਤੁਹਾਨੂੰ ਆਇਰਨ ਔਰ ਫੋਲਿਕ ਐਸਿਡ ਦੇ ਲਈ ਗ੍ਰੀਨ ਲੀਫੀ ਵੈਜੀਟੇਬਲਸ ਐਂਡ ਆਇਰਨ ਦੇ ਲਈ ਤੁਸੀਂ ਜਾਣਦੇ ਹੋ ਕਿ ਯੂ ਨੀਡ ਆਇਰਨ ਫਰੋਮ, ਯੂ ਗੈਟ ਆਇਰਨ ਫਰੋਮ ਪੋਮੀਗ੍ਰੇਨੇਟ, ਯਾਨੀ ਕਿ ਅਨਾਰ ਦੇ ਜੂਸ ਤੋਂ ਤੁਹਾਨੂੰ ਮਿਲਦਾ ਹੈ। ਸੋ ਆਲ ਦੀਜ਼ ਇਨਗਰੀਡੀਐਂਟਸ ਮੇਕ ਅਪ ਅ ਵੈਰੀ ਬੈਲੈਂਸਡ ਡਾਇਟ, ਸਪੈਸ਼ਲੀ ਫੋਰ ਯੋਰ ਹੇਅਰ ਹੈਲਥ, ਤੁਹਾਡੇ ਬਾਲਾਂ ਦੀ ਸਿਹਤ ਦੇ ਲਈ, ਜਿਹਦੇ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਹ ਸਾਰੀਆਂ ਨਿਊਟ੍ਰੀਸ਼ਨਲ ਆਸਪੈਕਟਸ ਨੂੰ ਕਵਰ ਕਰਦਿਆਂ ਹੋਇਆਂ। ਦੂਸਰੇ ਨੰਬਰ 'ਤੇ ਹਾਰਮੋਨਲ ਕੋਜ਼ਸ ਨੂੰ ਤੁਸੀਂ ਰੂਲ ਆਊਟ ਕਰਨਾ ਹੈ ਕਿ ਕਿਤੇ ਕੋਈ ਹਾਰਮੋਨਲ ਕੋਜ਼ ਤਾਂ ਨਹੀਂ ਹੈ, ਜਿੱਦਾਂ ਕਿ ਹਾਈਪੋਥਾਇਰੋਇਡਿਜ਼ਮ ਦੇ ਵਿੱਚ ਅਗਰ ਥਾਇਰੋਇਡ ਪੂਰਾ ਕੰਮ ਨਾ ਕਰਦਾ ਹੋਵੇ ਤਾਂ ਤੁਹਾਨੂੰ ਹੇਅਰ ਲੋਸ ਹੋ ਸਕਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਪਾ ਸਕਦੇ ਹੋ ਇੱਕ ਹੈਲਦੀ ਸਕੈਲਪ।